ਸਲਾਮ ਵਾਲੇਕਮ ਜੀ ਸਫਾ ਭਾਈ ਪੁਰਾਣਾ ਹੋ ਗਿਆ ਸੀਗਾ ਤੇ ਆਪਣਾ ਭਤੀਜਾ ਛੇਰੇ ਪੰਜਾਬ ਸਿਕੰਦਰ ਜੱਟ ਖਖਾਂ ਵਾਲਾ ਜਿਹੜਾ ਅੱਜ ਕੱਲ ਠੋਕਰ ਦੇ ਆਜ ਬੇਕ ਤੇ ਨੌਕਰੀ ਕਰਦਾ ਭਾਈ ਉਹ ਭਤੀਜੇ ਨੇ ਭਾਈ ਫੇ ਭੇਜਿਆ 5000 ਰੁਪਇਆ ਕਹਿੰਦਾ ਚਾਚੂ ਪੱਕਾ ਤਾਂ ਟੌਰੀ ਜੀ ਜਰਾਕ ਬੰਨ ਤੇ ਭਾਈ 1500 ਦਾ ਸਫਾ ਆਇਆ ਇਹ ਮਗਹੀਾਈ ਇੰਨੀ ਹੋ ਗਈ ਆ ਆਪਣਾ ਅਗਲਾ ਪਾਟ ਗਿਆ ਸੀ 1500 ਦਾ ਇਹ ਆਇਆ 3500 ਦੀਆਂ ਨਿਆਣਿਆਂ ਨੂੰ ਪਿੰਨੀਆਂ ਬਣਾਉਂਦੀਆਂ ਚੱਲ ਝਟਵਾਵਾ ਨਗ ਜੂਗਾ ਇਹ ਗੱਲ ਹੈ ਵੀ ਪੱਗ ਭਾਈ ਪੱਗ ਦੀ ਬੜੀ ਹਮiyet ਦਾ ਅਕਰਮ ਰਾਹੀ ਨੇ ਗਾਇਆ ਉਹਨੇ ਕਿਹਾ ਤੇਰੇ ਨਾਲ ਗੁਜ਼ਾਰਦੇ ਉਮਰ ਸਾਰੀ ਪੂਰੇ ਹੋਏ ਨਾ ਦਿਲ ਵਿੱਚ ਸ਼ੌਕ ਰਹਿ ਗਏ ਜਿਹੜੇ ਗੱਲ ਕਰਕੇ ਲੱਜਾਂ ਪਾਲਦੇ ਸੀ ਫਜ਼ਾਈ ਕਿੱਥੇ ਹੁਣ ਉਹ ਜਿਹੇ ਲੋਕ ਰਹਿ ਗਏ ਕੋਈ ਸ਼ੱਕ ਨਹੀਂ ਜੀ ਇਹਦੇ ਵਿੱਚ ਨਾ ਲੱਜਾਂ ਵਾਲੇ ਲੋਕ ਹੀ ਰਹਿਤੇ ਨਾ ਪੱਗਾਂ ਵਾਲੇ ਬੰਦੇ ਹੀ ਰਹਿ ਪੱਗ ਦੀ ਹਮiyet ਮੈਂ ਤੁਹਾਨੂੰ ਦੱਸਦਾ ਜੀ ਸਾਡੇ ਖਾਨਦਾਨ ਦੇ ਵਿੱਚ ਇੱਕ ਬਜ਼ੁਰਗ ਸੀ ਮੈਂ ਉਹਦੀ ਨੇ ਥੋੜੀ ਜੀ ਜ਼ਿੰਦਗੀ ਦੇਖੀ ਆ ਜੋ ਮੈਂ ਉਹਨੂੰ ਇੱਕ ਦਿਨ ਪੁੱਛਿਆ ਮੈਂ ਕਿਹਾ ਵੀ ਬਾਬਾ ਇਹ ਮਾਈ ਤੇ ਨਾ ਹਰ ਵੇਲੇ ਲੜਦੀ ਰਹਿੰਦੀ ਆ ਮੈਂ ਕਹਾਂ ਸ਼ੁਰੂ ਤੋਂ ਹੀ ਲੜਦੀ ਆ ਜਾਂ ਇਦਾਂ ਵਾ ਤੇ ਉਹ ਮੈਨੂੰ ਕਹਿਣ ਲੱਗਾ ਵੀ ਮੈਂ ਤੈਨੂੰ ਕੀ ਦੱਸਾਂ ਪੁੱਤਰਾ ਇਹ ਨਾ ਬਸ ਇਦਾਂ ਹੀ ਸ਼ੁਰੂ ਤੋਂ ਮੇਰੇ ਨਾਲ ਲੜਦੀ ਰਹੀ ਆ ਤੇ ਆ ਦੇਖ ਲੈ ਹੁਣ ਬੁੱਢੇ ਹੋ ਗਏ ਆ ਤੇ ਮੈਂ ਕਹਾਂ ਵੀ ਤੂੰ ਇਹਨੂੰ ਕੁਝ ਨਹੀਂ ਕਹਿਆ ਕਹਿੰਦਾ ਨਹੀਂ ਮੈਂ ਕਹਾਂ ਇਹਦੀ ਕੀ ਵਜ੍ਹਾ ਉਹਨੇ ਕਹਾਂ ਇਹਦੀ ਵਜ੍ਹਾ ਪੁੱਤੇ ਕਾ ਪੱਗ ਸੀਗੀ ਉਹਨੇ ਕਹਾਂ ਮੈਂ ਜਦੋਂ ਵਿਆਹਣ ਗਿਆ ਨਾ ਤੇ ਮੇਰਾ ਜਦੋਂ ਨਕਾਹ ਹੋਇਆ ਤੇ ਇਹਦੇ ਬਾਪ ਨੇ ਨਾ ਮੈਨੂੰ ਗੁੱਟੋਂ ਫੜ ਕੇ ਅੰਦਰ ਲੈ ਗਿਆ ਉਹਨੇ ਆਪਣੇ ਸਿਰ ਤੋਂ ਪੱਗ ਲਾ ਕੇ ਮੇਰੇ ਪੈਰਾਂ 'ਚ ਰੱਖ ਦਿੱਤੀ। ਉਹਨੇ ਕਹਿਆ ਪੋਤਾ ਮੇਰੀ ਪੱਗal ਦੇਖੀ, ਬਾਕੀ ਮੇਰੀ ਧੀ ਜਿਹੜੀ ਐ ਨਾ ਰਹਿਣ ਵਾਲੀ ਨੀਗੀ। ਤੇ ਉਹਨੇ ਕਹਿਆ ਉਹ ਦਿਨ ਜਾਵੇ ਅੱਜ ਦਾ ਆਵੇ। ਮੈਂ ਆਪਣੀ ਪੱਗ ਰੋਲ ਲਈ ਆ ਪਰ ਉਹਦੀ ਪੱਗ ਨੂੰ ਲਾਜ ਨਹੀਂ ਲਗਣ ਦਿੱਤੀ। ਇਹ ਸੀ ਬਾਈ ਪੱਗ ਦੀ ਹਮੇਇਤ ਤੇ ਇਹ ਸੀ ਪੱਗ ਦੀ ਗੱਲ। ਬੰਦੇ ਲਾਜ ਰੱਖਦੇ ਸੀ ਤੇ ਉਹ ਪੱਗਾਂ ਵਾਲੇ ਸੀਗੇ। ਪੱਗ ਦੀ ਕੋ ਮਾੜੀ-ਮੋਟੀ ਗੱਲ ਨਹੀਂ। ਕਦੀ ਇਹ ਵੀ ਵਕਤ ਗੁਜ਼ਰਿਆ ਵਾ ਵੀ ਬੰਦੇ ਚੌਧਰ ਦੇ ਵਿੱਚ ਆਪਣੀਆਂ ਪੱਗਾਂ ਘਲਾ ਦਿੰਦੇ ਹੁੰਦੇ ਸੀ। ਬੀਆ ਅਸੀਂ ਆਪ ਨਹੀਂ ਆ ਸਕਦੇ ਸਾਡੀ ਪੱਗ ਆ ਗਈ ਹੈ ਇਸ ਕਰਕੇ ਇਹ ਜਿਹੜੀ ਪੱਗ ਵਾ ਨਾ ਬੜੀ ਇਹਦੀ ਸ਼ਾਨਾ ਹੁਣ ਤਾਂ ਬਸ ਉਹ ਮੁੰਡੇ بڑے ਫੋਲ ਕੇ ਦੱਸਦੇ ਆ ਜੀ ਅਸੀਂ ਕੈਪ ਲੈ ਆਂਦੀ ਆ ਸਿਰ ਤੇ ਰੱਖਣ ਨੂੰ ਤੇ ਬਸ ਮੁਕਦਾ ਪੰਜਾਬ ਨੂੰ ਬਾਈ ਨਜ਼ਰ ਲੱਗ ਗਈ ਮੁਕਦਾ ਜਾਂਦਾ ਕੰਮ ਪੱਗਾਂ ਵਾਲੇ ਮੁਕਦੇ ਜਾਂਦੇ ਆ ਗੱਲਾਂ ਵਾਲੇ ਮੁਕਦੇ ਜਾਂਦੇ ਆ ਤੇ ਇਸ ਕਰਕੇ ਇਸ ਪੱਗ ਦੀ ਭਾਈ ਹਮiyet ਭਰਾਵਾਂ ਨੂੰ ਦੱਸੀ ਆ ਤੇ ਸਾਰੇ ਜਿੰਨੇ ਵੀ ਪੰਜਾਬੀ ਭਰਾਵਾ ਇਸ ਗੱਲ ਤੇ ਗੌਰ ਕਰੋ